ਸਾਰਿਆਂ ਨੂੰ ਹੈਲੋ ਤੇ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਅੱਜ ਦੇ ਇਸ ਵੀਡੀਓ 'ਚ ਅਸੀਂ ਸਿਨਿਆਰੀ ਦੀ ਪੇਰੀ ਕੋਲੋ ਦੇਖਾਂਗੇ ਤੇ ਅਸੀਂ ਦੇਖਾਂਗੇ ਦੀ ਸ਼ੇਜ਼ਾ ਪੇਰੀ ਕੋਲੋਜ਼ਾ ਤੇ ਸਲੀਤਾ ਰੀਪੀ ਦਾ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਸਿਨਿਆਰੀ ਦੀ ਸ਼ੇਜ਼ਾ ਪੇਰੀ ਕੋਲੋਜ਼ਾ। ਇਹ ਸਾਈਨ ਆ, ਇਹਨੂੰ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ, ਕਿਉਂਕਿ ਜਿਹੜਾ ਸਲੀਤਾ ਰੀਪੀ ਦਾ ਹੁੰਦਾ ਉਹ ਵੀ ਸੇਮ ਤਰੀਕੇ ਨਾਲ ਹੀ ਬਣਿਆ ਹੁੰਦਾ, ਬਸ ਓਪੋਜ਼ਿਟ ਵਿੱਚ। ਇਸ ਕਰਕੇ ਇਹ ਧਿਆਨ ਰੱਖਿਓ। Il segnale di discesa pericolosa preannuncia un tratto di strada in cui aumenta lo spazio di frenatura del veicolo, indicandone la pendenza. E te che dirà che sai in Honda discesa pericolosa? Discesa Honda che te gira rat all'ingiare, pericolosa, e anche Katarnak. E che era che gira rodea, o de vec aumenta lo spazio di frenatura. ਸਪਾਸ ਰਿਫਰੇਨਾ ਤੁਰਾ ਹੁੰਦਾ ਹੈ ਪੇਸ, ਜਿਹੜੀ ਤੁਹਾਨੂੰ ਬ੍ਰੇਕ ਲਾਉਣ ਨੂੰ ਲੱਗਦੀ ਆ ਉਹ ਵੱਧ ਜਾਂਦੀ ਆ। ਅਤੇ ਇੰਡੀਕਾਂਡੋ ਜਿਹੜਾ ਪੈਂਡੈਂਸੀ, ਯਾਨੀ ਕਿ ਦੱਸ ਰਿਹਾ ਹੈ ਕਿ ਜਿਹੜੀ ਸੜਕ ਆ ਉਹ ਸਿੱਧੀ ਨਹੀਂ ਗੀ, ਉਹ ਥੱਲੇ ਨੂੰ ਜਾ ਰਹੀ ਆ। ਉਸ ਤੋਂ ਬਾਅਦ ਸੋ ਕੁਇਸਟੋ ਟੀਪੋ ਦੀ ਸਟਰਾਦੇ ਐ ਨੈਸੈਸਾਰੀਓ ਮੋਦੇਰਾਰੇ ਲਾ ਵੇਲੋਸਿਤਾ ਐਡ ਇਨਸੇਰੀਰ ਉਨਾ ਮਾਰਚਾ ਆਦੇਗੁਆਟਾਮੈਂਟੇ ਬਾਸਾ ਪਰ ਅਫਰੋਂਟਾਰੇ ਇਲ ਪਰਕੋਰਸੋ। ਇੱਥੇ ਲਿਖਿਆ ਹੈ ਕਿ ਇੱਦਾਂ ਦੇ ਰਾਹਾਂ 'ਤੇ ਸਹੀ ਹੈ ਕਿ ਤੁਸੀਂ ਆਪਣੀ ਵਿਰੋਚਿਤਾ ਨੂੰ ਮੋਦੇਰਾਰੇ ਕਰੋ ਅਤੇ ਇਨਸੇਰੀਰ ਉਨਾ ਮਾਰਚਾ ਆਦੇਗੁਆਟਾਮੈਂਟੇ ਬਾਸਾ, ਯਾਨੀ ਕਿ ਇੱਕ ਗੇਅਰ ਤੁਸੀਂ ਜਿਹੜਾ ਪਾਉਣਾ ਆ ਉਹ ਨੀਵਾਂ ਹੋਣਾ ਚਾਹੀਦਾ ਬਾਸਾ, ਤਾਂ ਕਿ ਤੁਸੀਂ ਚੰਗੀ ਤਰੀਕੇ ਨਾਲ ਫਿਰ ਕੋਰਸ ਨੂੰ ਕਰ ਸਕੋ। ਉਸ ਤੋਂ ਬਾਅਦ ਬਿਜ਼ੋਨੀਆ ਏਵਿਟਾਰੇ ਇਨਵੇਚੇ ਦੀ ਉਤਲੀਜ਼ਾਰੇ ਐਕਸੈਸਿਵਾਮੈਂਟੇ ਈ ਫਰੇਨੀ ਪਰ ਏਵਿਟਾਰੇ ਦੀ ਸੁਰਵਿਸਕਲਤਾਰਲੀ, ਯਾਨੀ ਕਿ ਇਹ ਚੀਜ਼ ਤੁਸੀਂ ਨਹੀਂ ਕਰਨੀ, ਇਹ ਚੀਜ਼ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਨਾ ਕਰੋ। ਉਹ ਆ ਕਿ ਫਰੇਨੀ, ਯਾਨੀ ਕਿ ਜਿਹੜੀ ਬ੍ਰੇਕ ਹੁੰਦੀ ਆ ਉਹਨੂੰ ਜ਼ਿਆਦਾ ਯੂਜ਼ ਕਰਨਾ, ਉਹਨੂੰ ਘੱਟ ਯੂਜ਼ ਕਰੋ ਕਿਉਂਕਿ ਨਹੀਂ ਤਾਂ ਉਹ ਜ਼ਿਆਦਾ ਗਰਮ ਹੋ ਸਕਦਾ ਸੁਰਵਿਸਕਲਦਾਰੇ। ਉਸ ਤੋਂ ਬਾਅਦ ਐ ਫਾਲਸੋ ਅਫਰਮਾਰੇ ਕਿ ਇਲ ਤਰਾਤੋ ਦੀ ਸਟਰਾਦਾ ਦੇਬਾ ਐਸਰੇ ਪਰਕੋਰਸੋ ਕੋਨ ਇਲ ਪੇਦਾਲੇ ਦੇਲਾ ਫ੍ਰਿਕਸ਼ਨੇ ਅਬਾਸਾਤੋ o che non sia consentito superare i 10 km orari di velocità. E se lì che è falso, che ci sgaltea, che tu siete di una frizione, un da clutch, un da dubgera, e ci tu si nei carni. E osto va di te, e ne lì che tu si 10 km per hour di spirito, va di nei già sare. Già 10% è, o sono e 10% è che thalle nu ra che na già rea. E scarchi lo da chilometri, se non quelli na dena niga. ਬਸ ਤੁਸੀਂ ਇੰਨੀ ਚੀਜ਼ ਧਿਆਨ 'ਚ ਰੱਖਿਓ। ਹੁਣ ਅਸੀਂ ਦੇਖਾਂਗੇ ਜਿਹੜੇ ਕੁਇਟਸ ਵੇਰੀ ਆ। ਇਲ ਸਿਗਨਾਲੇ ਦਾ ਫਿਗੂਰਾਤੋ ਐ ਪੋਸਟੋ ਪ੍ਰੀਮਾ ਦੀ ਉਨਾ ਡਿਸ਼ੇਜ਼ਾ ਪੇਰੀਕੋਲੋਜ਼ਾ ਵੇਰੋ, ਇਹਦਾ ਸਾਈਨ ਦਾ ਮਤਲਬ ਹੀ ਇਹ ਆ। ਉਸ ਤੋਂ ਬਾਅਦ ਇਲ ਸਿਗਨਾਲੇ ਦਾ ਫਿਗੂਰਾਤੋ ਪ੍ਰਨੁੰਚਾ ਉਨਾ ਡਿਸ਼ੇਜ਼ਾ ਪਾਰਟੀਕੁਲਰਮੈਂਟੇ ਪੇਰੀਕੋਲੋਜ਼ਾ। ਇਹ ਵੀ ਟਰੂ ਆ, ਸੇਮ ਚੀਜ਼ ਆ ਪਾਰਟੀਕੁਲਰਮੈਂਟੇ, ਯਾਨੀ ਕਿ ਹੋਰ ਵੀ ਖਾਸ ਤਰੀਕੇ ਨਾਲ ਇਹ ਖਤਰਨਾਕ ਹੈ ਅਤੇ ਇਹ ਟਰੂ ਆ, ਕਿਉਂਕਿ ਹੁਣ ਅਸੀਂ ਗੱਲ ਹੀ ਕਰ ਰਹੇ ਹਾਂ ਸਿਗਨਾਲੇ ਦੀ ਪੇਰੀਕੋਲੋ ਦੀ, ਇਸ ਕਰਕੇ ਇਹ ਟਰੂ ਆ। ਉਸ ਤੋਂ ਬਾਅਦ ਇਲ ਸਿਗਨਾਲੇ ਦਾ ਫਿਗੂਰਾਤੋ ਪ੍ਰਨੁੰਚਾ ਉਨ ਤਰਾਤੋ ਦੀ ਸਟਰਾਦਾ ਸੁਲ ਕੁਆਲੇ ਆਉਮੈਂਟਾ ਲੋ ਸਪਾਸੋ ਦੀ ਫਰੇਨਾਤੂਰਾ ਦਿਲ ਵੇਹੀਕੋਲੋ ਵੇਰੋ, ਯਾਨੀ ਕਿ ਇਹ ਸਾਈਨ ਕਹਿ ਰਿਹਾ ਹੈ ਕਿ ਜਿਹੜਾ ਰੋਡ ਆ ਉਹਦੇ ਉੱਪਰ ਸਪਾਸੋ ਦੀ ਫਰੇਨਾਤੂਰਾ, ਯਾਨੀ ਕਿ ਬ੍ਰੇਕ ਲਾਉਣ ਲਈ ਸਪੇਸ ਵੱਧਦੀ ਆ। ਉਸ ਤੋਂ ਬਾਅਦ Il segnale raffigurato preannuncia una discesa e ne specifica la pendenza. True. E la metà vera è che Kerea preannuncia una discesa, e anche Kerea che è discesa, e ne specifica la pendenza. La metà vera è che da sera è che la roda è che non è stata raggiungere, o 10% di dell'Ikea si, 10% o 5% di Hosada, dipende da tutti i credi. ਅਤੇ ਉਹ ਦੱਸ ਰਿਹਾ ਕਿ ਤੁਹਾਨੂੰ ਕਿੰਨਾ ਰੋਡ ਥੱਲੇ ਨੂੰ ਜਾ ਰਿਹਾ ਹੈ। ਉਸ ਤੋਂ ਬਾਅਦ ਇਲ ਸਿਗਨਾਲੇ ਰਾਫਿਗੂਰਾਤੋ ਕੰਪੋਰਟਾ ਦੀ ਮੋਦੇਰਾਰੇ ਲਾ ਵੇਲੋਸਿਤਾ, ਯਾਨੀ ਕਿ ਤੁਹਾਨੂੰ ਜਿਹੜਾ ਇਹ ਸਾਈਨ ਆ ਇਹ ਕਹਿ ਰਿਹਾ ਕਿ ਵੇਲੋਸਿਤਾ ਨੂੰ ਮੋਦੇਰਾਰੇ ਕਰੋ। ਇਲ ਸਿਗਨਾਲੇ ਰਾਫਿਗੂਰਾਤੋ ਰਿਕੀਏਡੇ ਦੀ ਇਨਸੇਰੀਰ ਉਨਾ ਮਾਰਚਾ ਆਦੇਗੁਆਟਾਮੈਂਟੇ ਬਾਸਾ, ਯਾਨੀ ਕਿ ਜਿਹੜਾ ਤੁਸੀਂ ਮਾਰਚਾ ਗੇਅਰ ਪਾਉਣਾ ਹੈ ਉਹ ਆਦੇਗੁਆਟਾਮੈਂਟੇ ਬਾਸਾ ਹੋਣਾ ਚਾਹੀਦਾ, ਯਾਨੀ ਕਿ ਬਾਹਲਾ ਘੱਟ ਵੀ ਨਹੀਂ ਪਾਉਣਾ ਚਾਹੀਦਾ ਅਤੇ ਠੀਕ ਹੋਣਾ ਚਾਹੀਦਾ ਉਸ ਰੋਡ ਦੇ ਮੁਤਾਬਕ ਕਿ ਉਹ ਕਿੰਨਾ ਥੱਲੇ ਨੂੰ ਜਾ ਰਿਹਾ ਹੈ, ਕਿੰਨਾ ਉਹਦੀ ਪੈਂਡੈਂਸ ਇੰਕਲੀਨੇਸ਼ਨ ਕਿੰਨੀ ਆ ਉਸ ਦੇ ਮੁਤਾਬਕ। ਉਸ ਤੋਂ ਬਾਅਦ ਇਨ ਪ੍ਰੈਜੈਂਸਾ ਦੇ ਸਿਗਨਾਲੇ ਰਾਫਿਗੂਰਾਤੋ ਲਿਨਸੇਰੀਮੈਂਟੋ ਦੀ ਉਨਾ ਮਾਰਚਾ ਬਾਸਾ ਕੰਸੈਂਟੇ ਦੀ ਸਫਰੁੱਤਾਰੇ ਆਦੇਗੁਆਟਾਮੈਂਟੇ ਲਾਕਸੀਓਨੇ ਫਰੇਨਾਂਟੇ ਦੇ ਮੋਟੋਰੇ।
ਇਹਨੂੰ ਅਸੀਂ ਧਿਆਨ ਨਾਲ ਪੜਾਂਗੇ। ਇੱਥੇ ਲਿਖਿਆ ਹੈ ਕਿ ਜਦੋਂ ਇਹ ਸਾਈਨ ਹੁੰਦਾ ਹੈ ਤੇ ਤੁਸੀਂ ਇੱਕ ਮਾਰਚਾ ਬਾਸਾ ਪਾਉਂਗੇ, ਯਾਨੀ ਕਿ l'inserimento di una marcia bassa consente di sfruttare adeguatamente, yani che tuo nuhe ijazat dinda ya ke tusi azione frenante del motore, yani ke jada brake launda action hunda oh tusi chingi tarah kar sako, te he true ha kyunki je tuhadi gaddi thalle nu ja rahi ha tusi pehlo hi ik neema marcha paaya tuhanu brake launch asani honi hai je tusi rukna hai। ਜੇ ਤੁਸੀਂ ਗੇਅਰ ਉੱਚਾ ਪਾਇਆ ਯਾਨੀ ਕਿ ਤੁਹਾਡੀ ਸਪੀਡ ਵੀ ਹਾਈ ਆ ਫਿਰ ਉਹ 'ਚ ਤੁਹਾਨੂੰ ਤਕਲੀਫ ਹੋਣੀ ਆ ਗੱਡੀ ਰੋਕਣ 'ਚ, ਇਸ ਕਰਕੇ ਇਹ ਟਰੂ ਆ। ਉਸ ਤੋਂ ਬਾਅਦ ਇਨ ਪ੍ਰੈਜੈਂਸਾ ਦੇ ਸਿਗਨਲ ਰਾਫਿਗੂਰਾਤੋ ਸੀ ਦੇਵੇ ਮੋਡੇਰਾਰੇ ਲਾ ਵੇਲੋਸਿਟਾ ਪਰ ਏਵਿਟਾਰੇ ਦੀ ਟੰਪੋਨਾਰੇ ਵੇਹੀਕੋਲੀ ਕਿ ਪ੍ਰੋਚੇਡੋਨੋ ਪਿਊ ਲੈਂਟਾਮੈਂਟੇ, ਇਹ ਟਰੂ ਆ। ਇਹ ਤੁਸੀਂ ਚੀਜ਼ ਸੋਚਣੀ ਆ ਕਿ ਇਸ ਸਾਈਨ ਨਾਲ ਤੁਸੀਂ ਆਪਣੀ ਸਪੀਡ ਨੂੰ ਮੋਡੇਰਾਰੇ ਕਰੋਗੇ ਜਾਂ ਘੱਟ ਵੀ ਕਰੋਗੇ ਤਾਂ ਕਿ ਤੁਸੀਂ ਹੋਰ ਕੋਈ ਗੱਡੀ ਨਾਲ ਜਿਹੜਾ ਕੋਈ ਗੱਡੀ ਹੌਲੀ ਚਲਾ ਰਿਹਾ ਆ ਉਹਦੇ ਵਿੱਚ ਜਾ ਕੇ ਨਾ ਟਕਰਾਓ, ਅਤੇ ਇਹ ਟਰੂ ਆ ਕਿਉਂਕਿ ਸੜਕ ਜਿਹੜੀ ਉਹ ਥੱਲੇ ਨੂੰ ਜਾ ਰਹੀ ਆ, ਇਸ ਕਰਕੇ ਇਹਦੇ ਵਿੱਚ ਤੁਸੀਂ ਧਿਆਨ ਰੱਖਣਾ ਆਪਣੀ ਸਪੀਡ ਦਾ ਵੀ। ਉਸ ਤੋਂ ਬਾਅਦ ਇਨ ਪ੍ਰੈਜੈਂਸਾ ਦੇ ਸਿਗਨਲ ਰਾਫਿਗੂਰਾਤੋ ਬਿਜ਼ੋਨੀਆ ਇਵਿਟਾਰੇ ਲੂਜ਼ੋ ਪ੍ਰੋਲੁੰਗਾਤੋ ਦੇ ਫਰੇਨੀ ਪਰ ਨੋਨ ਸੁਰਰਿਸਕਲਦਾਰਲੀ, ਯਾਨੀ ਕਿ ਇੱਥੇ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ ਬ੍ਰੇਕ ਆ ਫਰੇਨ ਹੀ ਆ ਉਹ ਘੱਟ ਯੂਜ਼ ਕੀਤੇ ਜਾਣ ਤਾਂ ਕਿ ਉਹ ਸੁਰਿਸਕਲਦਾਰ ਹੈ ਯਾਨੀ ਕਿ ਗਰਮ ਨਾ ਹੋ ਜਾਣ। ਉਸ ਤੋਂ ਬਾਅਦ ਇਨ ਪ੍ਰੈਜੈਂਸਾ ਦੇ ਸਿਗਨਲ ਰਾਫਿਗੂਰਾਤੋ ਬਿਜ਼ੋਨੀਆ ਇਵਿਟਾਰੇ ਉਨ ਊਜ਼ੋ ਐਕਸੈਸਿਵੋ ਦੀ ਫਰੇਨੀ ਏ ਰੈਗੋਲਾਰੇ ਲਾ ਵੇਲੋਸਿਟਾ ਇਨਸੇਰੇਂਡੋ ਉਨਾ ਮਾਰਚਾ ਬਾਸਾ, ਯਾਨੀ ਕਿ ਜਦੋਂ ਇਹ ਸਾਈਨ ਹੁੰਦਾ ਆ ਤੁਸੀਂ ਕੋਸ਼ਿਸ਼ ਕਰਨੀ ਆ ਕਿ ਫਰੇਨੀ ਜਿਹੜੇ ਆ ਬ੍ਰੇਕਾਂ ਆ ਉਹ ਜ਼ਿਆਦਾ ਯੂਜ਼ ਨਾ ਕੀਤੀਆਂ ਜਾਣ ਅਤੇ ਰੈਗੂਲਾਰੇ ਲਾ ਵੇਲੋਸਿਟਾ ਯਾਨੀ ਕਿ ਆਪਣੀ ਸਪੀਡ ਨੂੰ ਤੁਸੀਂ ਰੈਗੂਲੇਟ ਕਰੋਗੇ ਇੱਕ ਮਾਰਚਾ ਬਾਸਾ ਪਾ ਕੇ, ਯਾਨੀ ਕਿ ਇੱਕ ਨੀਮਾ ਗੇਅਰ ਪਾ ਕੇ। ਉਸ ਤੋਂ ਬਾਅਦ ਇਨ ਪ੍ਰੈਜੈਂਸਾ ਦੇ ਸਿਗਨਲ ਰਾਫਿਗੂਰਾਤੋ ਬਿਜ਼ੋਨੀਆ ਉਜ਼ਾਰੇ ਮੋਲਤਾ ਪ੍ਰੋਡੈਂਸਾ ਸੇ ਦਾ ਸਰਾਦਾ ਬਣ ਜਾਤਾ, ਇੱਥੇ ਇਹ ਲਿਖਿਆ ਕਿ ਜਦੋਂ ਇਹ ਸਾਈਨ ਹੁੰਦਾ ਆ ਮੋਲਤਾ ਪ੍ਰੋਡੈਂਸਾ ਜਾਂ ਫਿਰ ਬਹੁਤ ਜ਼ਿਆਦਾ ਟੈਂਸ਼ਨ ਤੁਸੀਂ ਐਨ ਚੰਗੀ ਤਰ੍ਹਾਂ ਧਿਆਨ ਰੱਖਣਾ ਹੈ ਹੋਰ ਵੀ ਜ਼ਿਆਦਾ ਜਿਸ ਤਰ੍ਹਾਂ ਦਾ ਬਣ ਜਾਤਾ ਆ, ਯਾਨੀ ਕਿ ਜੇ ਜਿਹੜਾ ਰੋਡ ਆ ਉਹ ਗਿੱਲਾ ਆ, ਅਤੇ ਇਹ ਵੀ ਟਰੂ ਆ। ਹੁਣ ਅਸੀਂ ਦੇਖਾਂਗੇ ਫੋਲਸ। ਸਭ ਤੋਂ ਪਹਿਲਾਂ ਇਲ ਸਿਗਨਲ ਰਾਫਿਗੂਰਾਤੋ ਪ੍ਰਿਅਨੁੰਚਾ ਉਨਾ ਸਾਲੀਤਾ ਦਾ ਪਰਕੋਰਰੇ ਕੁਨ ਮਾਰਚਾ ਆਦੇਗੁਆਤਾਮੈਂਟੇ ਬਾਸਾ, ਇਹਦੇ ਵਿੱਚ ਜਿਹੜਾ ਵਰਡ ਸਾਲੀਤਾ ਆ ਉਤੋਂ ਇਹ ਫੋਲਸ ਆ। ਸਲੀਤਾ ਹੁੰਦਾ ਆ ਉੱਪਰ ਨੂੰ ਜਾਣਾ, ਵਿਸ਼ੇਸ਼ਾ ਹੁੰਦਾ ਥੱਲੇ ਨੂੰ, ਅਤੇ ਇਹ ਹੈਗਾ ਥੱਲੇ ਨੂੰ ਵਾਲਾ, ਇਸ ਕਰਕੇ ਵੀ ਇਹ ਫੋਲਸ ਆ। ਉਸ ਤੋਂ ਬਾਅਦ ਇਲ ਸਿਗਨਲ ਰਾਫਿਗੂਰਾਤੋ ਪ੍ਰਿਅਨੁੰਚਾ ਉਨ ਤ੍ਰਾਤੋ ਦੀ ਸਟਰਾਦਾ ਪੇਰੀਕੋਲੋਸੋ ਪਰ ਇਲ ਫੋਂਡੋ ਦੀ ਸਿਸਟਾਤੋ, ਇਹ ਫੋਲਸ ਆ। ਇਹਦਾ ਜਿਹੜਾ ਦੂਸਰਾ ਪਾਰਟ ਆ ਪਿਰ ਇਲ ਫੋਂਦੋ ਦੀ ਸਿਸਤਾਤੋ ਉਹ ਫੋਲਸ ਹੈ, ਜਿਹੜਾ ਸੜਕ ਦੀ ਪਾਵੀਮੈਂਟਾਸਿਓਨੇ ਆ ਨਾ ਉਹ ਇਰੈਗੂਲਰ ਨਹੀਂ ਗੀ, ਉਹ ਜਿਹੜੀ ਆ ਸਿੱਧੀ ਹੈ, ਬਸ ਜਿਹੜਾ ਇੰਕਲੀਨੇਸ਼ਨ ਆ ਉਹ ਬਦਲਦਾ ਆ, ਇਸ ਕਰਕੇ ਇਹ ਫੋਲਸ ਆ। ਉਸ ਤੋਂ ਬਾਅਦ ਤਿੰਨ ਨੰਬਰ ਦੇਖਾਂਗੇ, ਇਲ ਸਿਗਨਲ ਰਾਫਿਗੂਰਾਤੋ ਸਪੈਸੀਫਿਕਾ ਲਾ ਪੈਂਡੈਂਸਾ ਦੀ ਉਨਾ ਸਲੀਤਾ, ਯਾਨੀ ਕਿ ਜਿਹੜਾ ਇਹ ਸਾਈਨ ਆ ਇਹ ਕਹਿ ਰਿਹਾ ਹੈ ਕਿ ਇੱਕ ਸਲੀਤਾ ਯਾਨੀ ਕਿ ਜਿਹੜਾ ਰਾਹ ਉੱਪਰ ਨੂੰ ਜਾ ਰਿਹਾ ਆ ਉਹ ਕਿੰਨਾ ਇੰਕਲੀਨੇਟ ਆ ਪਿੰਦੈਂਸਾ, ਅਤੇ ਇਹ ਫੋਲਸ ਆ ਕਿਉਂਕਿ ਇਹ ਹੈਗਾ ਦਿਸ਼ੇਜ਼ੇ ਦਾ ਸਾਈਨ। ਉਸ ਤੋਂ ਬਾਅਦ ਇਲ ਸਿਗਨਲ ਰਾਫਿਗੂਰਾਤੋ ਪ੍ਰਿਅਨੁੰਚਾ ਉਨ ਤ੍ਰਾਤੋ ਦੀ ਸਟਰਾਦਾ ਕਿ ਹੈ ਬੇਨੇ ਪਰਕੋਰਰੇ ਕੋਨ ਇਲ ਪੈਦਾਲੇ ਦੇਲਾ ਫ੍ਰਿਕਸ਼ਨ ਅਬਾਸਾਤੋ, ਇੱਥੇ ਇਹ ਲਿਖਿਆ ਆ ਕਿ ਜਿਹੜਾ ਇਹ ਰੋਡ ਦਾ ਹਿੱਸਾ ਆ ਇਹ ਸਹੀ ਆ ਕਿ ਤੁਸੀਂ ਕਲੱਚ ਦੱਬ ਕੇ ਕਰੋ, ਪੈਦਾਲੇ ਦੇਲਾ ਫ੍ਰਿਕਸ਼ਨ ਅਬਾਸਾਤੋ ਹੁੰਦਾ ਕਿ ਤੁਸੀਂ ਕਲੱਚ ਦੱਬਿਆ ਹੋਇਆ, ਅਤੇ ਇਹ ਫੋਲਸ ਹੈ, ਤੁਸੀਂ ਕਲੱਚ ਨਹੀਂ ਦੱਬਣਾ। ਉਸ ਤੋਂ ਬਾਅਦ ਪੰਜ ਨੰਬਰ, ਇਲ ਸਿਗਨਲ ਰਾਫਿਗੂਰਾਤੋ ਪ੍ਰਿਅਨੁੰਚਾ ਉਨਾ ਸਲੀਤਾ ਪੇਰੀਕੋਲੋਸਾ, ਇਹ ਵੀ ਸੇਮ ਇਹ ਸਲੀਤਾ ਦਾ ਸਾਈਨ ਨਹੀਂ ਹੋ, ਇਹ ਦਿਸ਼ੇਜ਼ਾ ਹੈ, ਇਸ ਕਰਕੇ ਤੁਸੀਂ ਜੇ ਤੁਹਾਨੂੰ ਇੱਦਾਂ ਦੇ ਆਉਂਦੇ ਸਲੀਤਾ ਵਾਲੇ ਕਿੰਨੇ ਆ ਚੁੱਕੇ ਆ ਤੁਸੀਂ ਬਿਲਕੁਲ ਵੀ ਕੰਫਿਊਜ਼ ਨਹੀਂ ਹੋਣਾ ਕਿ ਸਲੀਤਾ ਕਿਹੜਾ ਆ ਅਤੇ ਦਿਸ਼ੇਜ਼ਾ ਕਿਹੜਾ ਆ। ਤੁਹਾਨੂੰ ਇੱਕ ਬਾਅਦ 'ਚ ਟ੍ਰਿਕ ਦੱਸੂੰਗੀ ਇਹਨੂੰ ਕਿੱਦਾਂ ਤੁਸੀਂ ਯਾਦ ਰੱਖ ਸਕਦੇ ਹੋ, ਪਰ ਇਹ ਸਲੀਤਾ ਦਾ ਨਹੀਂ ਹੋ, ਇਹ ਦਿਸ਼ੇਜ਼ਾ ਦਾ ਸਾਈਨ ਹੈ, ਇਸ ਕਰਕੇ ਇਹ ਵੀ ਫੋਲਸ ਆ। ਉਸ ਤੋਂ ਬਾਅਦ ਇਲ ਸਿਗਨਲ ਰਾਫਿਗੂਰਾਤੋ ਇੰਡਿਕਾ ਕਿ ਨੋਨ ਹੈ ਕੋਨਸੈਂਟੀਟੋ ਸੁਪਰਾਰੇ ਲਾ ਵੇਲੋਸਿਟਾ ਦੀ 10 ਕਿਲੋਮੀਟਰ ਹੋਰਾਰੀ, ਯਾਨੀ ਕਿ ਇੱਥੇ ਲਿਖਿਆ ਕਿ ਇਹ ਸਾਈਨ ਕਹਿ ਰਿਹਾ ਕਿ ਤੁਸੀਂ 10 ਕਿਲੋਮੀਟਰ ਪਰ ਆਵਰ ਦੀ ਸਪੀਡ ਤੋਂ ਵੱਧ ਨਹੀਂ ਜਾ ਸਕਦੇ, ਅਤੇ ਇਹ ਫੋਲਸ ਆ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਿਹੜਾ 10% ਆ ਉਹ ਇਹ ਕਹਿ ਰਿਹਾ ਕਿ ਤੁਹਾਡੀ ਜਿਹੜੀ ਸੜਕ ਹੈ ਉਹ ਕਿੰਨੀ ਨੀਵੀਂ ਹੋ ਰਹੀ ਆ, ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਸਪੀਡ ਉਨੀ ਰੱਖਣੀ ਆ,
ਜਾਂ ਉਹ ਲਿਮਿਟ ਸਪੀਡ ਆ, ਇਸ ਕਰਕੇ ਇਹ ਸਪੀਡ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਗਾ, ਇਸ ਕਰਕੇ ਇਹ ਫਾਲਸ ਆ। ਉਸ ਤੋਂ ਬਾਅਦ ਇਨ ਪ੍ਰੈਜੈਂਸ ਦੇ ਸਿਗਨਲ ਰਫਿਗੂਰਾਟੋ ਇਲ ਪੇਰੀਕੋਲੋ ਐ ਮਿਨੋਰੇ ਇਨ ਕਾਸੋ ਦੀ ਪਿਓਜਾ। ਇਹਨੂੰ ਅਸੀਂ ਧਿਆਨ ਨਾਲ ਦੇਖਾਂਗੇ, ਇੱਥੇ ਇਹ ਲਿਖਿਆ ਕਿ ਜਦੋਂ ਇਹ ਸਾਈਨ ਹੁੰਦਾ ਆ ਇਲ ਪੇਰੀਕੋਲੋ ਐ ਮਿਨੋਰੇ, ਯਾਨੀ ਕਿ ਖਤਰਾ ਘੱਟ ਆ, ਮਿਨੋਰੇ ਘੱਟ ਹੁੰਦਾ, ਖਤਰਾ ਘੱਟ ਆ ਜਦੋਂ ਮੀਂਹ ਪੈਂਦਾ ਆ, ਅਤੇ ਇਹ ਫਾਲਸ ਆ ਕਿਉਂਕਿ ਉਦੋਂ ਖਤਰਾ ਜ਼ਿਆਦਾ ਆ। ਜਿੱਥੇ ਲਿਖਿਆ ਹੋਵੇ ਇਲ ਪੇਰੀਕੋਲੋ ਐ ਮਾਜੋਰੇ, ਯਾਨੀ ਕਿ ਜ਼ਿਆਦਾ ਆ, ਇਨ ਕਾਸੋ ਦੀ ਪਿਓਜਾ, ਫਿਰ ਇਹ ਟਰੂ ਹੋਊਗਾ, ਪਰ ਇਸ ਕੇਸ ਵਿੱਚ ਲਿਖਿਆ ਹੈ ਇਲ ਪੇਰੀਕੋਲੋ ਐ ਮਿਨੋਰੇ, ਇਸ ਕਰਕੇ ਇਹ ਫਾਲਸ ਆ। ਉਸ ਤੋਂ ਬਾਅਦ ਇਨ ਪ੍ਰੈਜੈਂਸਾ ਦੇ ਸਿਗਨਲ ਰਫਿਗੂਰਾਟੋ ਸੀ ਦੇਵੇ ਰਾਲੈਂਟਾਰੇ ਉਸਾਂਡੋ ਕੰਟੀਨੂਅਮੈਂਟੇ ਇ ਫਰੇਨੀ ਪਰ ਨੋਨ ਦਾਨੇਜਾਰੇ ਇਲ ਕਾਂਬੀਓ ਦੀ ਵੇਲੋਸਿਟਾ। ਇੱਥੇ ਇਹ ਲਿਖਿਆ ਕਿ ਜਦੋਂ ਇਹ ਸਾਈਨ ਹੁੰਦਾ ਹੈ ਤੁਸੀਂ ਰਾਲੈਂਟਾਰੇ, ਯਾਨੀ ਕਿ ਸਪੀਡ ਸਲੋ ਕਰਨੀ ਆ, ਉਸਾਂਡੋ ਕੰਟੀਨੂਅਮੈਂਟੇ ਫਰੇਨੀ, ਯਾਨੀ ਕਿ ਲਗਾਤਾਰ ਬ੍ਰੇਕ ਯੂਜ਼ ਕਰ ਕਰਕੇ, ਤਾਂ ਕਿ ਜਿਹੜੀ ਕਾਂਬੀਓ ਦੀ ਵੇਲੋਸਿਟਾ ਆ, ਸਪੀਡ ਦੀ ਜਿਹੜੀ ਚੇਂਜ ਹੋ ਰਹੀ ਆ, ਉਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਅਤੇ ਇਹ ਫਾਲਸ ਆ, ਤੁਸੀਂ ਜਿਹੜੇ ਫਰੇਨ ਆ ਉਹਨੂੰ ਲਗਾਤਾਰ ਤਾਂ ਬਿਲਕੁਲ ਨਹੀਂ ਯੂਜ਼ ਕਰਨਾ, ਉਹਨੂੰ ਜਿੰਨਾ ਘੱਟ ਹੋ ਸਕੇ ਉਨਾ ਯੂਜ਼ ਕਰੋ, ਇਸ ਕਰਕੇ ਤੁਸੀਂ ਮਾਰਚਾ ਜਿਹੜਾ ਆ ਉਹ ਨਹੀਂ ਮਾਰ ਸਕਦੇ ਆ, ਪਰ ਫਰੇਨ ਹੀ ਬਾਰ ਬਾਰ ਯੂਜ਼ ਕਰਨ ਨਾਲ ਉਹ ਗਰਮ ਹੋ ਸਕਦੇ ਆ, ਇਸ ਕਰਕੇ ਇਹ ਫਾਲਸ ਆ। ਉਸ ਤੋਂ ਬਾਅਦ ਅਸੀਂ ਦੇਖਾਂਗੇ ਨੰਬਰ 9, ਇਨ ਪ੍ਰੈਜੈਂਸਾ ਦੇ ਸਿਗਨਲ ਰਫਿਗੂਰਾਟੋ ਬਿਜ਼ੋਨਿਆ ਇਨਸੇਰੀਰੇ ਲਾ ਮਾਰਚਾ ਪਿਊ ਆਲਟਾ ਇਹ ਅਦੇਗੁਆਰੇ ਲਾ ਵੇਲੋਸਿਟਾ ਕੋਨ ਈ ਫਰੇਨੀ। ਇੱਥੇ ਵੀ ਸੇਮ ਚੀਜ਼, ਇਹ ਫਾਲਸ ਆ ਕਿਉਂਕਿ ਇੱਥੇ ਲਿਖਿਆ ਕਿ ਜਦੋਂ ਇਹ ਸਾਈਨ ਹੁੰਦਾ ਆ ਤੁਸੀਂ ਇੱਕ ਮਾਰਚਾ ਪਿਊ ਆਲਤਾ, ਯਾਨੀ ਕਿ ਇੱਕ ਉੱਚਾ ਗੇਅਰ ਪਾਉਂਗੇ, ਅਤੇ ਅਦੇਗੁਆਰੇ ਲਾ ਵੇਲੋਸਿਟਾ ਕੋਨ ਈ ਫਰੇਨੀ, ਅਤੇ ਜਿਹੜੀ ਸਪੀਡ ਆ ਉਹਨੂੰ ਤੁਸੀਂ ਠੀਕ ਕਰੋਗੇ ਫਰੇਨੀ ਨਾਲ, ਬ੍ਰੇਕ ਨਾਲ। ਅਤੇ ਫਾਲਸ ਆ, ਇਹ ਉਲਟਾ ਆ, ਤੁਸੀਂ ਬ੍ਰੇਕ ਨੂੰ ਘੱਟ ਯੂਜ਼ ਕਰੋਗੇ ਅਤੇ ਮਾਰਚਾ ਜਿਹੜਾ ਉਹ ਨੀਵਾਂ ਪਾ ਕੇ ਰੱਖੋਗੇ ਤਾਂ ਕਿ ਤੁਹਾਨੂੰ ਰੁਕਣ 'ਚ ਕੋਈ ਤਕਲੀਫ ਨਾ ਆਵੇ, ਇਸ ਕਰਕੇ ਇਹ ਫਾਲਸ ਆ। ਉਸ ਤੋਂ ਬਾਅਦ ਇਨ ਪ੍ਰੈਜੈਂਸਾ ਦੇ ਸਿਗਨਲ ਰਫਿਗੂਰਾਟੋ ਬਿਜ਼ੋਨਿਆ ਮਾਰਚਾਰੇ ਕੋਨ ਲਾ ਫ੍ਰਿਕਸੀਓਨੇ ਅਬਸਾਤਾ, ਯਾਨੀ ਕਿ ਜਦੋਂ ਇਹ ਸਾਈਨ ਹੁੰਦਾ ਆ ਤੁਸੀਂ ਕਲੱਚ ਦੱਬ ਕੇ ਰੱਖ ਕੇ ਮਾਰਚਾਰੇ ਕਰਨਾ, ਯਾਨੀ ਕਿ ਅੱਗੇ ਜਾਣਾ, ਅਤੇ ਇਹ ਫਾਲਸ ਆ। ਫ੍ਰਿਕਸੀਓਨੇ ਦੱਬ ਕੇ ਨਾ ਰੱਖੋ ਕਿਉਂਕਿ ਉਹ ਫਿਰ ਗੱਡੀ ਕਿਤੇ ਜਾ ਕੇ ਵੱਜ ਸਕਦੀ ਆ, ਇਸ ਕਰਕੇ ਇਹ ਵੀ ਫਾਲਸ ਆ। ਉਸ ਤੋਂ ਬਾਅਦ ਇਨ ਪ੍ਰੈਜੈਂਸਾ ਦੇ ਸਿਗਨਲ ਰਫਿਗੂਰਾਟੋ ਇਲ ਕੰਡੂਸੈਂਟੇ ਦੇਵੇ ਡਿਮੀਨੂਇਰੇ ਲਾ ਡਿਸਟਾਂਸਾ ਦੀ ਸਿਕੂਰੇਜ਼ਾ ਦਲ ਵੇਹੀਕਲੋ ਕੇ ਲੋ ਪ੍ਰੇਚੇਦੇ। ਇੱਥੇ ਇਹ ਲਿਖਿਆ ਹੈ ਕਿ ਜਦੋਂ ਇਹ ਸਾਈਨ ਹੁੰਦਾ ਆ ਕੰਡੂਸੈਂਟੇ, ਯਾਨੀ ਕਿ ਡਰਾਈਵਰ, ਉਹਨੇ ਜਿਹੜਾ ਡਿਸਟਾਂਸਾ ਦੀ ਸਿਕੂਰੇਜ਼ਾ ਆ ਡਿਮੀਨੂਇਰੇ ਕਰਨਾ, ਯਾਨੀ ਕਿ ਘਟਾਉਣਾ ਆ, ਯਾਨੀ ਕਿ ਤੁਸੀਂ ਅਗਲੀ ਗੱਡੀ ਦੇ ਹੋਰ ਵੀ ਜ਼ਿਆਦਾ ਕਲੋਜ਼ ਜਾਓਗੇ ਦਲ ਵੇਹੀਕਲੋ ਕੇ ਲੋ ਪ੍ਰੇਚੇਦੇ, ਵੇਹੀਕਲੋ ਕੇ ਲੋ ਪ੍ਰੇਚੇਦੇ, ਯਾਨੀ ਕਿ ਜਿਹੜੀ ਗੱਡੀ ਤੁਹਾਡੇ ਅੱਗੇ ਆ ਉਹਦੇ ਹੋਰ ਵੀ ਕਲੋਜ਼ ਜਾਓਗੇ ਤੁਸੀਂ। ਅਤੇ ਇਹ ਫਾਲਸ ਆ ਕਿਉਂਕਿ ਜੇ ਉਹਨੇ ਯਕਦਮ ਬ੍ਰੇਕ ਮਾਰੀ ਤਾਂ ਤੁਸੀਂ ਪਿੱਛੇ ਆ, ਅਤੇ ਤੁਹਾਨੂੰ ਜ਼ਿਆਦਾ ਇਹ ਆ ਕਿ ਖਤਰਾ ਕਿ ਤੁਸੀਂ ਵਿੱਚ ਜਾ ਕੇ ਵੱਜੂਗੇ, ਇਸ ਕਰਕੇ ਜ਼ਿਆਦਾ ਦੂਰ ਰਹਿਣਾ ਆ, ਅਤੇ ਇਹ ਫਾਲਸ ਆ। ਹੁਣ ਅਸੀਂ ਦੇਖਾਂਗੇ ਸਿਗਨਲ ਦੀ ਸਲੀ ਤਾਂ ਰੀਪੀ ਦਾ। ਤੁਸੀਂ ਦੇਖ ਸਕਦੇ ਕਿ ਸਿਗਨਲ ਦੀ ਸ਼ੇਜ਼ ਆ ਅਤੇ ਸਿਗਨਲ ਦੀ ਸਲੀ ਤਾਂ ਰੀਪੀ ਦਾ ਤਕਰੀਬਨ ਸੇਮ ਆ, ਪਰ ਇਹਨਾਂ ਨੂੰ ਤੁਸੀਂ ਜੇ ਰੀਡ ਕਰਨਾ ਹੈ ਨਾ ਤੁਸੀਂ ਲੈਫਟ ਤੋਂ ਰਾਈਟ ਰੀਡ ਕਰੋਗੇ, ਜਿੱਦਾਂ ਤੁਸੀਂ ਕੁਛ ਪੜ੍ਹਦੇ ਆ ਲੈਫਟ ਤੋਂ ਰਾਈਟ ਪੜ੍ਹਦੇ ਆ, ਅਤੇ ਤੁਸੀਂ ਦੇਖ ਸਕਦੇ ਕਿ ਜੇ ਪਿਕਚਰ ਆ ਉਹ ਉੱਪਰ ਨੂੰ ਜਾ ਰਹੀ ਆ ਅਤੇ ਫਿਰ ਉਹ ਸਲੀਤਾ ਆ, ਅਤੇ ਜਿੱਦਾਂ ਪਹਿਲੋਂ ਸੀਗਾ ਜੇ ਉਹ ਲੈਫਟ ਤੋਂ ਰਾਈਟ ਥੱਲੇ ਨੂੰ ਜਾ ਰਿਹਾ ਆ ਅਤੇ ਫਿਰ ਉਹ ਦਿਸ਼ੇਜ਼ ਆ। ਇਹ ਸੌਖੇ ਤਰੀਕੇ ਨਾਲ ਤੁਸੀਂ ਹਮੇਸ਼ਾ ਯਾਦ ਰੱਖ ਸਕਦੇ ਆ ਡਿਫਰੈਂਸ। ਹੁਣ ਅਸੀਂ ਇਹਦਾ ਡੈਫੀਨੇਸ਼ਨ ਪੜ੍ਹਾਂਗੇ, ਇਸ ਸਿਗਨਲ ਦੀ ਸਲੀਤਾ ਰੀਪੀ ਦਾ ਪ੍ਰਨੁੰਚਾ ਉਹਨਾਂ ਸਲੀਤਾ ਦਾ ਪਰਕੋਰਰੇ ਕੋਨ ਪ੍ਰੂਡੈਂਸਾ ਰਿਪੋਰਟਾਂਡੋਨੇ ਲਾ ਪੈਂਡੈਂਸਾ। ਇੱਥੇ ਇਹ ਲਿਖਿਆ ਆ ਕਿ ਇਹ ਜਿਹੜਾ ਸਾਈਨ ਆ ਇਹ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਇੱਕ ਸਲੀਤਾ ਆ ਉਹ ਅੱਗੇ ਜਾ ਕੇ, ਇੱਕ ਸਲੀਤਾ ਜਿਹੜਾ ਮਤਲਬ ਕਿ ਤੁਸੀਂ ਪ੍ਰੂਡੈਂਸਾ ਧਿਆਨ ਨਾਲ ਕਰਨਾ ਆ, ਅਤੇ ਉਹਦੇ ਉੱਪਰ ਪੈਂਡੈਂਸਾ ਵੀ ਹੋਊਗਾ, ਅਤੇ ਟਰੂ ਆ, ਮਤਲਬ ਕਿ ਤੁਸੀਂ ਦੇਖ ਸਕਦੇ ਹੋ ਫੋਟੋ ਵਿੱਚ ਵੀ ਕਿ ਉੱਪਰ 10% ਇੱਥੇ ਵੀ ਲਿਖਿਆ ਆ, ਅਤੇ ਇਹ 10% ਇਹ ਕਹਿ ਰਿਹਾ ਕਿ ਉੱਪਰ ਨੂੰ ਜਾਂਦੇ ਜਾਂਦੇ ਤੁਹਾਡਾ ਕਿੰਨਾ ਰੋਡ ਉੱਪਰ ਨੂੰ ਜਾ ਰਿਹਾ ਆ, ਇਹਦਾ ਸਪੀਡ ਨਾਲ ਕੋਈ ਵੀ ਰਿਲੇਸ਼ਨ ਨਹੀਂ ਗਾ, ਇਸ ਕਰਕੇ ਲਈ ਇਹ ਸਿਰਫ ਕਹਿ ਰਿਹਾ ਕਿ ਕਿੰਨਾ ਪੈਂਡੈਂਸਾ ਹੈ। ਉਸ ਤੋਂ ਬਾਅਦ ਕੁਇਸਤੀ ਤਰਾਤੇ ਦੀ ਸਟਰਾਦਾ ਸੋਨੋ ਦਾ ਪਰਕੋਰਰੇ ਕੋਨ ਉਨਾ ਮਾਰਚਾ ਆਦੇਗੁਆਤਾਮੈਂਟੇ ਬਾਸਾ ਮੈਂਟਰੇ ਫਾਲਸੋ ਅਫਰਮਾਰੇ ਕਿ ਸੀ ਦੇਬਾ ਟੇਨੇਰੇ ਇਲ ਪੇਡਾਲੇ ਦੇ ਲਾ ਫ੍ਰਿਕਸੀਓਨੇ ਅਬਾਸਾਤੋ ਦੁਰਾਂਤੇ ਲਾ ਮਾਰਚਾ। ਇਹਦਾ ਵੀ ਸੇਮ ਆ, ਇੱਥੇ ਤੁਸੀਂ ਜਿਹੜੇ ਮਾਰਚੇ ਆ ਉਹਨੂੰ ਬਾਸਾ ਰੱਖੋਗੇ, ਜਿਹੜਾ ਯਾਨੀ ਕਿ ਗੇਅਰ ਆ ਉਹਨੂੰ ਨੀਵਾਂ ਰੱਖੋਗੇ, ਅਤੇ ਜਿਹੜਾ ਫ੍ਰਿਕਸੀਓਨੇ ਦਾ ਪੇਡਾਲੇ ਆ ਉਹ ਇੱਥੇ ਵੀ ਤੁਸੀਂ ਦੱਬ ਕੇ ਨਹੀਂ ਰੱਖਣਾ, ਕਲੱਚ ਦੱਬਿਆ ਨਹੀਂ ਰੱਖਣਾ।
ਇਹਦੇ ਅਸੀਂ ਕੁਇਜ਼ ਦੇਖਾਂਗੇ ਜਿਹੜੇ ਵੇਰੀ ਆ, ਸਿਰਫ ਆਹ ਚਾਰ ਕੁਇਜ਼ ਹੈ ਇਹਦੇ ਨਾਲ ਜਿਹੜੇ ਟਰੂ ਆ, ਉਹ ਹੈਗੇ ਆ ਇਲ ਸਿਗਨਾਲ ਰਾਫੀਗੁਰਾਤੋ ਐ ਪੋਸਟੋ ਪ੍ਰੀਮਾ ਦੀ ਉਹਨਾਂ ਸਲੀਤਾ ਰੀਪੀ ਦਾ ਟਰੂ, ਇਹਦਾ ਡੈਫੀਨੇਸ਼ਨ ਸਾਈਨ ਦਾ ਇਹ ਹੈ ਕਿ ਸਲੀਤਾ ਰੀਪੀ ਦਾ ਹੈ। ਉਸ ਤੋਂ ਬਾਅਦ ਇਲ ਸਿਗਨਾਲ ਰਾਫੀਗੁਰਾਤੋ ਪ੍ਰਨੁੰਚੋ ਨਾ ਸਲੀਤਾ ਦਾ ਪਰਕੋਰਰੇ ਕੋਨ ਪ੍ਰੂਡੈਂਸਾ, ਯਾਨੀ ਕਿ ਇਹ ਜਿਹੜਾ ਸਾਈਨ ਹੈ ਇਹ ਕਹਿ ਰਿਹਾ ਹੈ ਕਿ ਜਿਹੜਾ ਰੋਡ ਆ ਉਹਨੂੰ ਤੁਸੀਂ ਪ੍ਰੂਡੈਂਸਾ ਧਿਆਨ ਨਾਲ ਪਰਕੋਰਰੇ ਕਰੋਗੇ, ਤੇ ਇਹ ਟਰੂ ਆ। ਉਸ ਤੋਂ ਬਾਅਦ ਇਲ ਸਿਗਨਾਲ ਰਾਫੀਗੁਰਾਤੋ ਪ੍ਰਨੁੰਚੋ ਨ ਤ੍ਰਾਟੋ ਦੀ ਸਟ੍ਰਾਦਾ da percorrere con marcia adeguatamente bassa, यानी कि ਜਿਹੜਾ ਇਹ ਸਾਈਨ ਆ ਇਹ ਕਹਿ ਰਿਹਾ ਕਿ ਅੱਗੇ ਜਾ ਕੇ ਇੱਕ ਰੋਡ ਆ ਜਿੱਥੇ ਕਿ ਤੁਸੀਂ ਮਾਰਚਾ ਅਦੇਗੁਆਤਾਮੇਂਟੇ ਬਾਸਾ, ਯਾਨੀ ਕਿ ਇੱਕ ਨੀਮਾ ਗੇਅਰ ਪਾ ਕੇ ਜਾਓਗੇ, ਤੇ ਇਹ ਟਰੂ ਆ। ਉਸ ਤੋਂ ਬਾਅਦ ਇਲ ਸਿਗਨਾਲ ਰਾਫੀਗੁਰਾਤੋ ਸਪੈਸੀਫਿਕਾ ਲਾ ਪੈਂਡੈਂਸਾ ਡੇਲਾ ਸਾਲੀਤਾ, ਇੱਥੇ ਇਹ ਲਿਖਿਆ ਕਿ ਜਿਹੜਾ ਇਹ ਸਾਈਨ ਹੈ ਤੁਹਾਨੂੰ ਦੱਸ ਰਿਹਾ ਕਿ ਪੈਂਡੈਂਸਾ ਸਾਲੀਤਾ ਦਾ ਕਿੰਨਾ ਆ, ਤੇ ਇਹ ਟਰੂ ਆ। ਹੁਣ ਅਸੀਂ ਦੇਖਾਂਗੇ ਫਾਲਸ, ਫਾਲਸ ਵੀ ਇਹਨਾਂ ਸਿਰਫ ਚਾਰ ਆ। ਪਹਿਲਾਂ ਦੇਖਾਂਗੇ ਇਲ ਸਿਗਨਾਲ ਰਾਫੀਗੁਰਾਤੋ ਪ੍ਰਨੁੰਚੋ ਨ ਤ੍ਰਾਟੋ ਦੀ ਸਟ੍ਰਾਦਾ ਦਾ ਪਰਕੋਰਰੇ ਕੋਨ ਇਲ ਪੈਡਾਲੇ ਡੇਲਾ ਫ੍ਰਿਕਸ਼ਨੇ ਅਬਾਸਾਤੋ, ਇੱਥੇ ਇਹ ਲਿਖਿਆ ਕਿ ਜਿਹੜਾ ਇਹ ਸਾਈਨ ਆ ਉਹ ਕਹਿ ਰਿਹਾ ਕਿ ਅੱਗੇ ਜਾ ਕੇ ਇੱਕ ਰੋਡ ਆ ਜਿਹੜਾ ਕਿ ਤੁਸੀਂ ਪੈਡਾਲੇ ਡੇਲਾ ਫ੍ਰਿਕਸ਼ਨੇ ਅਬਾਸਾਤੋ, ਯਾਨੀ ਕਿ ਕਲੱਚ ਦੱਬ ਕੇ ਰੱਖ ਕੇ ਤੁਸੀਂ ਜਾਣਾ ਆ, ਤੇ ਇਹ ਫਾਲਸ ਆ। ਇਹ ਜਿਹੜੀ ਕਲੱਚ ਵਾਲੀ ਚੀਜ਼ ਹੈ ਇਹ ਦੋਨੇ ਸਾਈਨ ਨਾਲ ਹੈ, ਤੁਸੀਂ ਨਹੀਂ ਦੱਬ ਕੇ ਰੱਖਣਾ ਫ੍ਰਿਕਸ਼ਨ ਆ ਬੱਸਾ ਤਾਂ ਨਹੀਂ ਕਰਕੇ ਰੱਖਣਾ, ਕਿਉਂਕਿ ਇਹ ਇੱਕ ਚੀਜ਼ ਖਤਰਨਾਕ ਹੈ ਵੈਸੇ ਵੀ, ਜਿਹੜਾ ਤੁਸੀਂ ਫ੍ਰਿਕਸ਼ਨ ਹੈ ਕਿ ਜਦੋਂ ਤੁਸੀਂ ਕਲੱਚ ਦੱਬਦੇ ਹੋ ਜਦੋਂ ਤੁਸੀਂ ਗੇਅਰ ਪਾਉਣਾ ਹੁੰਦਾ ਹੈ, ਉੱਦਾਂ ਬਿਨਾਂ ਮਤਲਬ ਤੋਂ ਇਹਨੂੰ ਦੱਬ ਕੇ ਰੱਖਣ ਦੀ ਲੋੜ ਨਹੀਂ ਗੀ। ਉਸ ਤੋਂ ਬਾਅਦ ਅਸੀਂ ਦੂਸਰਾ ਦੇਖਾਂਗੇ ਇਲ ਸਿਗਨਾਲ ਰਾਫੀਗੁਰਾਤੋ ਪ੍ਰਨੁੰਚੋ ਨ ਤ੍ਰਾਟੋ ਦੀ ਸਟ੍ਰਾਦਾ ਨੇਲ ਕੁਆਲੇ ਆਉਮੈਂਟਾ ਲੋ ਸਪਾਸੀਓ ਦੀ ਫ੍ਰੇਨਾਤੂਰਾ ਦੇਲ ਵੇਹੀਕਲੋ, ਇਹ ਫਾਲਸ ਇਸ ਕਰਕੇ ਲਈ ਹੈ ਕਿਉਂਕਿ ਇਹ ਜਿਹੜਾ ਡੈਫੀਨੇਸ਼ਨ ਇਹ ਪਿਛਲੇ ਸਾਈਨ ਨਾਲ ਸੀਗੀ, ਇਹ ਵਾਲੇ ਨਾਲ ਨਹੀਂ ਗਈ। ਇਲ ਸਿਗਨਾਲ ਰਾਫੀਗੁਰਾਤੋ ਪ੍ਰਨੁੰਚੋ ਨ ਤ੍ਰਾਟੋ ਦੀ ਸਟ੍ਰਾਦਾ ਨੇਲ ਕੁਆਲੇ ਆਉਮੈਂਟਾ ਲੋ ਸਪਾਸੀਓ ਦੀ ਫ੍ਰੇਨਾਤੂਰਾ ਦੇਲ ਵੇਹੀਕਲੋ, ਯਾਨੀ ਕਿ ਇਹ ਸਾਈਨ ਕਹਿ ਰਿਹਾ ਆ ਕਿ ਜਿਹੜਾ ਸਪਾਸੀਓ ਦੀ ਫ੍ਰੇਨਾਤੂਰਾ ਦੇਲ ਵੇਹੀਕਲ ਵਾ, ਯਾਨੀ ਕਿ ਬ੍ਰੇਕ ਲਾਉਣ ਦੀ ਜਿਹੜੀ ਜਗ੍ਹਾ ਆ ਕਿੰਨੀ ਬ੍ਰੇਕ ਕਿੰਨੀ ਜਗ੍ਹਾ 'ਚ ਬ੍ਰੇਕ ਲੱਗਦੀ ਆ ਉਹ ਵੱਧਦੀ ਆ, ਅਤੇ ਇਹ ਫਾਲਸ ਹੈ ਕਿਉਂਕਿ ਤੁਸੀਂ ਉੱਪਰ ਨੂੰ ਜਾ ਰਹੇ ਆ ਅਤੇ ਉੱਪਰ ਨੂੰ ਜਿਹੜਾ ਸਪਾਸੀਓ ਦੀ ਫ੍ਰੇਨਾਤੂਰਾ ਉਹ ਵਧੂਗਾ ਨਹੀਂ, ਥੱਲੇ ਨੂੰ ਤਾਂ ਓਬਵੀਅਸ ਹੈ ਕਿਉਂਕਿ ਤੁਹਾਡੀ ਗੱਡੀ ਥੱਲੇ ਨੂੰ ਜਾਊਗੀ ਨਾ ਆਪ ਵੀ, ਅਤੇ ਇਸ ਕਰਕੇ ਵੀ ਇਹ ਕੁਇਟਸ ਇਹ ਵਾਲੇ ਸਾਈਨ ਨਾਲ ਫਾਲਸ ਹੈ, ਸਲੀਤਾ ਵਾਲੇ ਸਾਈਨ ਨਾਲ ਫਾਲਸ ਹੈ। ਉਸ ਤੋਂ ਬਾਅਦ ਇਲ ਸਿਗਨਾਲ ਰਾਫੀਗੁਰਾਤੋ ਪ੍ਰਨੁੰਚੋ ਨ ਤ੍ਰਾਟੋ ਦੀ ਸਟ੍ਰਾਦਾ ਪੇਰੀਕੋਲੋਸੋ ਪਰ ਕੁਰਵੇ ਸਰੇਤੇ, ਇੱਥੇ ਇਹ ਲਿਖਿਆ ਕਿ ਜਿਹੜਾ ਇਹ ਸਾਈਨ ਆ ਇਹ ਕਹਿ ਰਿਹਾ ਆ ਕਿ ਇਹ ਜਿਹੜਾ ਅੱਗੇ ਜਾ ਕੇ ਰੋਡ ਆ ਉਹ ਖਤਰਨਾਕ ਆ ਕਿਉਂਕਿ ਇਹਦੇ ਵਿੱਚ ਕੁਰਵੇ ਸਰੇਤੇ ਆ, ਯਾਨੀ ਕਿ ਮੋੜ ਆ ਜਿਹੜੇ ਛੋਟੇ ਛੋਟੇ ਮੋੜ ਆ, ਅਤੇ ਇਹ ਫਾਲਸ ਆ ਕਿਉਂਕਿ ਇਹ ਕੁਰਵੇ ਦਾ ਸਾਈਨ ਨਹੀਂ ਗਾ। ਕੁਰਵੇ ਦੇ ਸਾਈਨ ਅਸੀਂ ਪਿਛਲੀਆਂ ਵੀਡੀਓ ਵਿੱਚ ਦੇਖ ਚੁੱਕੇ ਹਾਂ, ਜੇ ਤੁਸੀਂ ਹਜੇ ਤੱਕ ਨਹੀਂ ਦੇਖੀ ਉਹ ਵੀਡੀਓ ਤਾਂ ਉਹ ਵੀ ਜਾ ਕੇ ਦੇਖ ਲਿਓ, ਇਸੇ ਚੈਨਲ ਵਿੱਚ ਤੁਹਾਨੂੰ ਮਿਲ ਜੂਗੀਆਂ। ਅਤੇ ਇਹ ਸਾਈਨ ਜਿਹੜਾ ਆ ਇਹ ਹੈਗਾ ਸਲੀਤਾ ਰੀਪੀ ਦਾ, ਇਸ ਕਰਕੇ ਇਹ ਫਾਲਸ ਆ। ਉਸ ਤੋਂ ਬਾਅਦ ਇਲ ਸਿਗਨਾਲ ਰਾਫੀਗੁਰਾਤੋ ਪ੍ਰਨੁੰਚੋ ਨ ਡਿਸਕੇਜ਼ਾ ਇਨ ਸਪੈਸੀਫਿਕਾ ਲਾ ਪੈਂਡੈਂਸਾ, ਇੱਥੇ ਇਹ ਲਿਖਿਆ ਕਿ ਜਿਹੜਾ ਇਹ ਸਾਈਨ ਆ ਇਹ ਤੁਹਾਨੂੰ ਕਹਿ ਰਿਹਾ ਕਿ ਅੱਗੇ ਜਾ ਕੇ ਇੱਕ ਡਿਸਕੇਜ਼ਾ ਯਾਨੀ ਕਿ ਰੋਡ ਥੱਲੇ ਨੂੰ ਜਾ ਰਿਹਾ, ਅਤੇ ਇਸਨੇ ਸਪੈਸੀਫਿਕਾ ਲਾ ਪੈਂਡੈਂਸਾ ਅਤੇ ਦੱਸ ਰਿਹਾ ਕਿ ਕਿੰਨਾ ਇੰਕਲੀਨੇਸ਼ਨ ਆ, ਅਤੇ ਇਹ ਫਾਲਸ ਆ ਕਿਉਂਕਿ ਇਹ ਹੈਗਾ ਸਲੀਤਾ, ਡਿਸਕੇਜ਼ਾ ਹੁੰਦਾ ਥੱਲੇ ਨੂੰ, ਸਲੀਤਾ ਹੁੰਦਾ ਉੱਪਰ ਨੂੰ, ਇਸ ਕਰਕੇ ਇਹ ਜਿਹੜਾ ਡੈਫੀਨੇਸ਼ਨ ਹੈ ਫਾਲਸ ਆ। ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਐਂਡ ਕਰਾਂਗੇ, ਜੇ ਕੋਈ ਵੀ ਤੁਹਾਡਾ ਸਵਾਲ ਹੈ ਇਸ ਵੀਡੀਓ ਨੂੰ ਲੈ ਕੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹਾਂ, ਨਹੀਂ ਤਾਂ ਦੇਖਣ ਲਈ ਬਹੁਤ ਬਹੁਤ ਥੈਂਕ ਯੂ, ਗ੍ਰਾਸੀਏ ਪਰ ਲਾ ਵਿਜ਼ੀਓਨੇ।